ਚਲੋ ਜੀ, ਵਾਪਕਾ ਦਾ ਬ੍ਰੇਕਰ ਜਿਹੜਾ ਨੀਚੇ ਲੱਗਿਆ ਆਫ ਨਹੀਂ ਕਰਨਾ, ਉਹਨੂੰ ਆਨ ਹੀ ਰਹਿਣ ਦੇਣਾ, ਉਹਨੂੰ ਛੇੜਨਾ ਹੀ ਨਹੀਂ। ਹਾਂਜੀ, ਉਹਨੂੰ ਛੇੜਨਾ ਨਹੀਂ। ਅੱਛਾ ਜੀ, ਉੱਪਰ ਪਲਾਸਟਿਕ ਦੀ ਡਿੱਗੀ ਜੀ, ਦੋ ਬ੍ਰੇਕਰ ਲੱਗਿਆ, ਇੱਕ ਸੋਲਰ ਵਾਲਾ ਲੱਗਿਆ, ਇੱਕ ਵਾਪਕਾ ਵਾਲਾ ਲੱਗਿਆ। ਅੱਛਾ ਜੀ, ਜਦੋਂ ਹੁਣੇ ਆ ਨੇ ਮਗਰਬ ਦਾ ਟਾਈਮ ਹੋਣਾ, ਹਾਂਜੀ, ਤੁਸੀਂ ਦੋਵਾਂ ਨੂੰ ਆਫ ਕਰ ਦੇਣਾ ਵਾ ਅਤੇ ਚੇਂਜ ਓਵਰ ਇੱਕ 'ਤੇ ਕਰ ਦੇਣਾ। ਚੇਂਜ ਓਵਰ ਇੱਕ 'ਤੇ ਕਰ ਦੇਣਾ, ਦੋਵਾਂ ਨੂੰ ਆਫ ਆਫ 'ਤੇ ਕਰ ਦੇਣਾ, ਆਫ ਕਰ ਦੇਣਾ, ਨੀਚੇ ਨੂੰ ਕਰ ਦੇਣਾ। ਅੱਛਾ ਜੀ, ਨੀਚੇ ਨੂੰ ਆਫ ਹੁੰਦੇ, ਉੱਪਰ ਨੂੰ ਆਨ ਹੁੰਦੇ, ਅਤੇ ਉੱਤੇ ਪਤਾ ਕਿੱਦਾਂ ਲੱਗੂ ਸਾਨੂੰ ਆਹ ਸੋਲਰ ਦਾ ਹੈਗਾ ਦੂਸਰੇ ਦਾ? ਦੋਵੇਂ ਸੋਲਰ ਦੇ ਹੀ ਆ, ਉਹ ਹੈ ਦੋਵੇਂ ਸੋਲਰ ਦੇ ਆ। ਹਾਂਜੀ, ਇੱਕ ਸੋਲਰ ਨੂੰ ਬਿਜਲੀ ਦਿੰਦਾ ਵਾ। ਅੱਛਾ ਜੀ, ਅਤੇ ਇੱਕ ਸੋਲਰ ਨੂੰ ਯਾਨੀ ਕਿ ਪਲੇਟਾਂ ਵਾਲੀ ਬਿਜਲੀ ਦਿੰਦਾ ਵਾ। ਅੱਛਾ ਜੀ, ਠੀਕ ਆ ਜੀ। ਉਹ ਤੋਂ ਬਾਅਦ ਜਦੋਂ ਤੁਸੀਂ ਪਲੇਟਾਂ ਵਾਸ਼ ਕਰਨੀ ਆ, ਉਹ ਵੀ ਯਾਨੀ ਕਿ ਸ਼ਾਮ ਨੂੰ ਹੀ ਤੁਸੀਂ ਕਰਨੀ ਆ, ਕੋਈ ਮਗਰਬ ਟਾਈਮ ਜੋ ਸੂਰਜ ਗਰੂਪ ਹੋ ਜਾਵੇ। ਠੀਕ ਆ, ਉਹ ਚੇਂਜ ਓਵਰ ਇੱਕ 'ਤੇ ਕਰ ਦੇਣਾ ਫਿਰ, ਅਤੇ ਦੋਵੇਂ ਚੇਂਜ ਓਵਰ, ਹਾਂਜੀ, ਦੋਵੇਂ ਬ੍ਰੇਕਰ ਬੰਦ ਕਰ ਦੇਣੇ ਆ। ਅੱਛਾ ਜੀ, ਸੁਬਹਾ ਟਾਈਮ ਤੁਸੀਂ ਅਗਰ ਇਨਵਰਟਰ ਨੂੰ ਸਾਹ ਦਿਵਾਉਣਾ ਨਾ, ਸ਼ਾਮ ਨੂੰ ਉਹਨਾਂ ਨੂੰ ਬੰਦ, ਦੋਵਾਂ ਬ੍ਰੇਕਰਾਂ ਨੂੰ ਕਰਤਾ ਚੇਂਜ ਓਵਰ ਇੱਕ 'ਤੇ ਕਰਤਾ। ਅੱਛਾ, ਅਤੇ ਸੁਬਹਾ ਨੂੰ ਚੇਂਜ ਓਵਰ 2 'ਤੇ ਕਰ ਦੇਣਾ ਵਾ, ਦੋਵੇਂ ਬ੍ਰੇਕਰ ਔਨ ਕਰ ਦੇਣੇ ਆ। ਠੀਕ ਹੋ ਗਿਆ, ਹਾਂਜੀ, ਬ੍ਰੇਕਰ ਨਹੀਂ ਔਫ ਰੱਖਣਾ ਕੋਈ ਵੀ, ਥੱਲੇ ਵਾਲਿਆਂ ਨੂੰ ਤਾਂ ਛੇੜਨਾ ਹੀ ਨਹੀਂ, ਛੇੜਨਾ ਹੀ ਨਹੀਂ, ਇਹਨਾਂ ਨੂੰ ਹੱਥ ਹੀ ਨਹੀਂ ਲਾਉਣਾ, ਹੱਥ ਹੀ ਨਹੀਂ ਲਾਉਣਾ। ਠੀਕ ਹੋ ਗਿਆ।